ਆ ਲਈ ਸ਼ਨੀਵਾਰ ਦਾ ਦਿਨ ਇੱਕ ਅਜੀਹਾ ਸੁਨੇਹਾ ਲੈ ਕੇ ਆਇਆ ਹੈ ਜਿਸ ਨੇ ਟਲਵੀ ਉਮਰ ਚ ਉਹਨਾਂ ਦੀ ਪੰਚ ਵਾਪਸੀ ਦਾ ਰਾਹ ਪੱਧਰਾ ਕਰ ਦਿੱਤਾ ਹੈ ਹਾਲਾਂਕਿ ਐਲਾਨ ਸਜ਼ਾ ਦਾ ਹੋਇਆ ਹੈ ਪਰ ਇਸ ਸਜ਼ਾ ਨੂੰ ਲੰਘਾ ਦੇ ਲਈ ਨਵੇਂ ਰਾਹ ਖੋਲ ਦਿੱਤੇ ਨੇ ਸੁੱਚਾ ਸਿੰਘ ਲੰਘਾ 2017 ਵਿੱਚ ਪੰਚ ਚੋਂ ਛੇਕੇ ਜਾਣ ਦੇ 5 ਸਾਲਾਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਸਾਹਮਣੇ ਖੜੇ ਸਨ ਇਸ ਥਾਂ ਤੇ ਲੰਗਾ ਦੀ ਹਾਜ਼ਰੀ ਦਾ ਇਹ ਸਬਬ ਸਜ਼ਾ ਸੁਣਨ ਲਈ ਬਣਿਆ ਸੀ ਫਸੀਲ ਤੇ ਖੜੇ ਸਨ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਲੰਗਾ ਤੋਂ ਕਰਵਾਇਆ ਕਬੂਲਨਾਮਾ ਤੁਹਾਡੇ ਤੇ ਇਹ ਦੋਸ਼ ਹੈ ਕਿ ਤੁਸੀਂ ਬਜਰ ਕਿਰਾਇਤ ਕੀਤੀ ਹੈ ਬਜਰ ਕਿਰਾਇਤ ਪਰ ਇਸਤਰੀ ਗਮਨ ਇਹ ਤੂੰ ਕੀਤੀ ਹੈ ਕਿ ਇਸ ਨੂੰ ਬਜਰ ਕਿਰਾਇਤ ਤੁਸੀਂ ਕੀਤੀ ਮੰਨਦੇ ਹੋ ਕਿ ਮੈਂ ਕੀਤੀ ਹੈ ਸਗੋਂ ਸਮੁੱਚੀ ਸੰਗਤ ਤੋਂ ਵੀ ਮੁਆਫੀਨਾਮਾ ਮੈਂ ਸੰਗਤ ਕੋਲੋਂ ਮਾਫੀ ਮੰਗਣਾ ਮੇਰੇ ਕੋਲ ਬਜਟ ਕਰਾਇਤ ਹੋਈ ਹੈ ਸੁੱਚਾ ਸਿੰਘ ਲੰਗਾ ਨੇ ਮੁਆਫੀ ਮੰਗ ਲਈ ਤਾਂ ਫਿਰ ਐਲਾਨ ਹੋਇਆ ਸਜ਼ਾ ਦਾ ਸਜ਼ਾ ਵੀ ਅਜਿਹੀ ਜਿਸ ਵਿੱਚ ਨਾ ਸਿਰਫ ਵਿਚਾਰਾਂ ਦੀ ਪਾਕੀਜ਼ਗੀ ਦਾ ਰਾਹ ਪੱਧਰਾ ਕੀਤਾ ਗਿਆ ਸਗੋਂ ਇਹ ਵੀ ਹਿਦਾਇਤ ਹੋਈ ਕਿ ਇਸ ਸਜ਼ਾ ਦੌਰਾਨ ਵੀ ਮਿਸਾਲੀ ਵਿਵਹਾਰ ਪੇਸ਼ ਕਰਨਾ ਹੋਵੇਗਾ ਸਜ਼ਾ ਦਾ ਐਲਾਨ ਤੈਨੂੰ ਪੰਜ ਸਿੰਘ ਸਾਹਿਬਾਨ ਵੱਲੋਂ 21 ਦਿਨ ਇੱਥੇ ਦਰਬਾਰ ਸਾਹਿਬ ਦੇ ਵਿੱਚ 1 ਘੰਟਾ ਬਰਤਨ ਮੰਗਣਾ ਇੱਕ ਘੰਟਾ ਪ੍ਰਕਰਮਾਂ ਦੇ ਵਿੱਚ ਬੈਠ ਕੇ ਫੇਰ ਕੇ ਸੁਣਨਾ ਤੇ 21 ਪਾਠ ਹੀ ਜਪਜੀ ਸਾਹਿਬ ਦੇ ਕਰਨੇ ਇਹ ਸੇਵਾ ਦੇ ਦੌਰਾਨ ਗੱਲਾਂ ਨਹੀਂ ਕਰਨੀਆਂ ਦਿਖਾਵਾ ਨਹੀਂ ਕਰਨਾ ਤੇ ਆਪ ਜਾਂ ਆਪਣੇ ਬੰਦਿਆਂ ਤੇ ਫੋਟੋਆਂ ਖਿਚਵਾ ਕੇ ਸੋਸ਼ਲ ਮੀਡੀਆ ਤੇ ਅਪਲੋਡ ਨਹੀਂ ਕਰਨੇ ਇਸ ਸਜ਼ਾ ਤੋਂ ਇਲਾਵਾ ਸੁੱਚਾ ਸਿੰਘ ਲੰਗਾ ਨੂੰ ਕਿਹਾ ਗਿਆ ਕਿ ਕਿਸੇ ਇੱਕ ਦਿਨ ਸ੍ਰੀ ਅਕਾਲ ਤਖਤ ਸਾਹਿਬ ਤੇ ਢਾਡੀ ਸਿੰਘਾਂ ਦੇ ਜੱਥਿਆਂ ਨੂੰ 51-51 ਸੌ ਦੀ ਭੇਟਾ ਕਰਨੀ ਹੋਵੇਗੀ ਅਤੇ ਉਹਨਾਂ ਦੇ ਲਈ ਘਰੋਂ ਪ੍ਰਸ਼ਾਦੇ ਪਕਾ ਕੇ ਲਿਆਣਗੇ ਨਾਲ ਹੀ ਢਾਡੀ ਸਿੰਘਾਂ ਦੇ ਜੂਠੇ ਭਾਂਡੇ ਵੀ ਧੋਣਗੇ ਹਾਲਾਂਕਿ 5 ਸਾਲਾਂ ਦੇ ਲਈ ਲੰਗਾ ਕਿਸੇ ਵੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਨਹੀਂ ਬਣਨਗੇ ਸੁੱਚਾ ਸਿੰਘ ਲੰਗਾ ਨੂੰ ਸੁਣਾਈ ਗਈ ਇਸ ਸਜ਼ਾ ਤੋਂ ਬਾਅਦ ਇਹ ਚਰਚਾਵਾਂ ਨੇ ਕਿ ਲੰਗਾ ਦੀ ਪੰਥ ਵਿੱਚ ਵਾਪਸੀ ਹੋ ਸਕਦੀ ਹੈ ਪਰ ਇੱਕ ਸਵਾਲ ਵੀ ਉੱਠ ਰਿਹਾ ਹੈ ਕਿ ਜੇਕਰ ਲੰਗਾ ਦੀ ਵਾਪਸੀ ਹੋ ਸਕਦੀ ਹੈ ਤਾਂ ਕੀ ਲੰਗਾ ਤੋਂ ਪਹਿਲਾਂ ਪੰਥ ਚੋਂ ਛੇਕੇ ਗਏ ਸਿੱਖ ਵੀ ਮੁਆਫੀ ਦਾ ਰਾਹ ਅਪਣਾ ਸਕਦੇ ਨੇ ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ ਦੀ ਰਿਪੋਰਟ ਨਿਊਜ਼ 18 ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਥ ਚ ਲੰਗਾ ਦੀ ਵਾਪਸੀ ਤੇ ਤੰਜ ਕੱਸਿਆ ਹੈ ਉਹਨਾਂ ਨੇ ਟਵੀਟ ਕਰਕੇ ਲਿਖਿਆ ਹੈ ਕਿ ਜਥੇਦਾਰ ਸਾਹਿਬ ਨੂੰ ਪੰਥ ਦੇ ਇਸ ਮਹਾਨ ਯੋਧੇ ਦੀਆਂ ਪ੍ਰਾਪਤੀਆਂ ਨੂੰ ਵੇਖਦੇ ਹੋਏ ਉਸ ਨੂੰ ਪੰਥ ਵਿੱਚ ਦੁਬਾਰਾ ਸ਼ਾਮਿਲ ਕਰਨ ਤੇ ਮੁਬਾਰਕਾਂ ਕੌਮ ਨੂੰ ਇਸ ਸਿਰਮੌਰ ਯੋਧੇ ਦੀ ਬਹੁਤ ਜ਼ਰੂਰਤ ਸੀ ਮੇਰਾ ਸੁਝਾਅ ਹੈ ਕਿ ਹੁਣ ਸੁੱਚਾ ਸਿੰਘ ਲੰਗਾ ਦੇ ਅਤੀਤ ਨੂੰ ਵੇਖਦਿਆਂ ਅਤੇ ਉਸਦੇ ਮਹਾਨ ਕੰਮਾਂ ਲਈ ਕੋਈ ਸਨਮਾਨਿਤ ਉਪਾਧੀ ਵੀ ਦੇ ਦੇਣੀ ਚਾਹੀਦੀ ਹੈ ਤਾਂ ਤੰਜ ਕੱਸਦੇ ਨਜ਼ਰ ਆਏ ਨੇ ਸਾਬਕਾ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਹਾਲ ਹੀ ਸ਼੍ਰੋਮਣੀ ਕਮੇਟੀ ਦੀ ਚੋਣ ਪੰਥਕ ਸਫਿਆਂ 'ਚ ਅਜੇ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਸਿੰਘ ਸਾਹਿਬਾਨਾਂ ਦੀ ਇਕੱਤਰਤਾ 'ਚ ਵੀ ਇਸ ਦਾ ਖੂਬ ਜ਼ਿਕਰ ਹੋਇਆ ਤੇ ਨਿਸ਼ਾਨਾ ਤੇ ਰਹੇ ਕੇਂਦਰ ਇਲਜ਼ਾਮ ਇੱਥੋਂ ਤੱਕ ਲਗਾ ਦਿੱਤੇ ਕਿ ਸ਼੍ਰੋਮਣੀ ਕਮੇਟੀ ਨੂੰ ਤੋੜਨ ਦੀ ਕੋਸ਼ਿਸ਼ ਹੋ ਰਹੀ ਹੈ